ਕੋਰੋਨਾ ਵਾਇਰਸ ਦੇ ਪੂਰੀ ਦੁਨੀਆ ਵਿੱਚ ਫੈਲਣ ਤੋਂ ਬਾਅਦ ਪੰਜਾਬ ਵਿੱਚ ਵੀ ਲੋਕਾਂ ਵਿੱਚ ਦਹਿਸ਼ਤ ਫੈਲ ਚੁੱਕੀ ਹੈ। ਕੋਰੋਨਾ ਵਾਇਰਸ ਤੋਂ ਬਾਅਦ ਲੋਕਾਂ ਨੇ ਪੋਲਟਰੀ ਪ੍ਰੋਡਕਟ ਨੂੰ ਬਿਮਾਰੀ ਹੋਣ ਦੇ ਡਰ ਦੇ ਚੱਲਦੇ ਖਾਣਾ ਬੰਦ ਕਰ ਦਿੱਤਾ ਹੈ। ਜਿਸ ਤੋਂ ਬਾਅਦ ਕੋਚਰ ਮਾਰਕੀਟ ਦੇ ਵਿੱਚ ਅਜੀਬ ਘਟਨਾ ਵੇਖਣ ਨੂੰ ਮਿਲੀ। ਇੱਥੇ ਫ੍ਰੀ ਵਿੱਚ ਚਿਕਨ ਵੰਡਿਆ ਜਾ ਰਿਹਾ ਹੈ। ਪੰਜਾਬ ਪੋਲਟਰੀ ਗਰੁੱਪ ਦੇ ਮਾਲਕ ਭੁਪਿੰਦਰ ਸਿੰਘ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਡਰ ਤੋਂ ਪੋਲਟਰੀ ਪ੍ਰੋਡਕਟਸ ਲੋਕਾਂ ਨੇ ਖਾਣੇ ਬੰਦ ਕਰ ਦਿੱਤੇ ਨੇ, ਜਿਸ ਕਾਰਨ ਹੁਣ ਲੋਕਾਂ ਨੂੰ ਫ੍ਰੀ ਦੇ ਵਿੱਚ ਚਿਕਨ ਵੰਡਿਆ ਜਾ ਰਿਹਾ ਹੈ। ਸਰ ਕੀ ਨਾਮ ਹੈ ਤੁਹਾਡਾ? ਮੈਂ ਜੀ ਭੁਪਿੰਦਰ ਸਿੰਘ ਬੋਲ ਰਿਹਾ, ਪੰਜਾਬ ਪੋਲਟਰੀ ਗਰੁੱਪ ਦਾ ਮਾਲਿਕ ਹਾਂ। ਮੇਰਾ ਇੱਕ ਯੂਨਿਟ ਹੈ ਪੰਜਾਬ ਬ੍ਰਾਇਲਰ, ਕੋਚਰ ਮਾਰਕੀਟ ਰੋਡ ਦੇ ਉੱਤੇ, ESI ਰੋਡ ਦੇ ਉੱਤੇ ਲੁਧਿਆਣੇ। ਵਾਇਰਸ, ਕਰੋਨਾ ਵਾਇਰਸ ਦੇ ਕਰਕੇ ਨਾ ਲੋਕਾਂ ਨੇ ਚਿਕਨ ਖਾਣਾ ਬੰਦ ਕਰਤਾ, ਉਹਦੇ ਕਰਕੇ 90% ਦੇ ਕਰੀਬ ਜਿਹੜੀ ਹੈ ਸੇਲ ਘੱਟ ਗਈ ਹੈ। ਉਹਦੇ ਨਾਲ 1 ਕਰੋੜ ਬੰਦੇ ਜਿਹੜੇ ਹੈ ਡਾਇਰੈਕਟਲੀ ਔਰ ਇਨਡਾਇਰੈਕਟਲੀ ਅਨਇੰਪਲੋਇਡ ਹੋ ਗਏ ਨੇ, ਜਿਨ੍ਹਾਂ ਨੂੰ ਰੋਟੀ ਦੇ ਲਾਲੇ ਪੈ ਗਏ ਨੇ। ਉਹਦੇ ਵਿੱਚ ਪੋਲਟਰੀ ਫਾਰਮਰ ਹੈਗੇ ਨੇ, ਟ੍ਰੇਡਰ ਨੇ, ਹੋਲਸੇਲਰ, ਹੋਟਲਰ, ਰੇਹੜੀਆਂ ਵਾਲੇ, ਛੋਟੇ ਛੋਟੇ ਦੁਕਾਨਦਾਰ ਨੇ, ਉਹ ਬੜਾ ਇਫੈਕਟ ਕੀਤਾ ਹੈ। ਲੋਕਾਂ ਦੇ ਵਿੱਚ ਅਵੇਅਰਨੈਸ ਕਰਨਾ ਚਾਹੁੰਦਾ। ਮੈਂ ਪਿਛਲੇ 50 ਸਾਲ ਤੋਂ ਪੋਲਟਰੀ ਕਰ ਰਿਹਾ ਔਰ ਕਾਫੀ ਲੰਬੇ ਅਰਸੇ ਤੋਂ ਮੈਂ ਪੰਜਾਬ ਪੋਲਟਰੀ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਟ ਵੀ ਰਿਹਾ ਅਤੇ ਇਸ ਵਕਤ ਨੈਸ਼ਨਲ ਮੀਟ ਐਂਡ ਪੋਲਟਰੀ ਪ੍ਰੋਸੈਸਿੰਗ ਬੋਰਡ ਦਿੱਲੀ ਦੇ ਵਿੱਚ ਐਡਵਾਈਜ਼ਰ ਹਾਂ ਗੌਰਮੈਂਟ ਦਾ। ਅਤੇ ਮੈਂ ਲੋਕਾਂ ਨੂੰ ਅਵੇਅਰ ਕਰਨਾ ਚਾਹੁੰਦਾ ਕਿ ਜਿਹੜਾ ਚਿਕਨ ਹੈ ਔਰ ਅੰਡਾ ਜਿਹੜਾ ਹੈਗਾ, ਦਿਸ ਇਜ਼ ਦਾ ਓਨਲੀ ਨੋਨ ਅਡਲਟਰੇਟਿਡ ਫੂਡ ਇਨ ਦਾ ਵਰਲਡ। ਚਿਕਨ ਵਾਈਟ ਹੋਣ ਕਰਕੇ ਇਹਦੇ 'ਚ ਕੋਈ ਐਡੀਸ਼ਨ ਨਹੀਂ ਹੋ ਸਕਦੀ ਔਰ ਅੰਡਾ ਜਿਹੜਾ ਇਹਦੇ 'ਚ ਖੋਲ੍ਹ ਕੇ ਕੁਛ ਐਡ ਨਹੀਂ ਹੋ ਸਕਦਾ। ਇਸ ਕਰਕੇ ਇੱਥੇ ਡਾਕਟਰ ਵੀ ਆਏ ਸਾਡੀ ਦੁਕਾਨ ਦੇ ਉੱਤੇ, ਵਕੀਲ ਵੀ ਆਏ, ਬੈਂਕ ਮੈਨੇਜਰ ਵੀ ਆਏ ਅਤੇ ਪੁਲਿਸ ਵਾਲੇ ਵੀ ਆਏ, ਸਾਰਿਆਂ ਨੇ ਇੱਥੇ ਰਲ ਮਿਲ ਕੇ ਚਿਕਨ ਖਾਧਾ। ਲੋਕਾਂ ਨੇ ਕਾਰਾਂ ਰੋਕੀਆਂ, ਟ੍ਰੈਫਿਕ ਜਾਮ ਹੋ ਗਿਆ, ਬਹੁਤ ਰਸ਼ ਰਿਹਾ ਔਰ ਲੋਕਾਂ ਨੂੰ ਅਵੇਅਰਨੈਸ ਦਿੱਤੀ ਕਿ ਜਿਹੜਾ ਚਿਕਨ ਹੈ ਇਹਦੇ ਖਾਣ ਨਾਲ ਕਰੋਨਾ ਵਾਇਰਸ ਨਹੀਂ ਹੁੰਦਾ। ਚਿਕਨ ਦਾ ਲੰਗਰ ਇਸ ਕਰਕੇ 2003 ਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਫਸਟ ਟਾਈਮ ਹੈ ਜਦੋਂ ਆਪਣਾ ਬਰਡ ਫਲੂ ਆਇਆ ਸੀ ਉਦੋਂ ਲਗਾਇਆ ਸੀ ਇਸੇ ਦੁਕਾਨ ਦੇ ਉੱਤੇ। ਦਿਸ ਇਜ਼ ਦਾ ਸੈਕਿੰਡ ਟਾਈਮ ਦਿਸ ਇਨੋਵੇਸ਼ਨ ਵਾਜ ਮੇਡ ਬਾਈ ਮੀ ਇਨ ਦਾ ਵਰਲਡ, ਕਿ ਚਿਕਨ ਲੋਕਾਂ ਨੂੰ ਖਿਲਾ ਕੇ ਲੋਕਾਂ ਦਾ ਭਰਮ ਦੂਰ ਕੀਤਾ ਜਾਵੇ ਕਿ ਜਿਹੜਾ ਚਿਕਨ ਹੈ ਬਿਲਕੁਲ ਟੋਟਲੀ ਡਿਜ਼ੀਜ਼ ਫਰੀ ਹੈ। ਬਿਮਾਰੀ ਕਿੱਥੇ ਹੁੰਦੀ ਹੈ, ਲੋਕ ਕਿਹੜੇ ਦੁਨੀਆ ਦੇ ਕੋਨੇ ਦੇ ਵਿੱਚ ਚਿਕਨ ਖਾਣਾ ਬੰਦ ਕਰ ਦਿੰਦੇ ਆ, ਇਹ ਲੌਜਿਕ ਨਹੀਂ ਹੈਗਾ ਕੋਈ। ਪਰ ਸਰਕਾਰ ਨੇ ਜਿਸ ਤਰੀਕੇ ਦੀਆਂ ਹਦਾਇਤਾਂ ਜਾਰੀ ਕੀਤੀਆਂ ਨੇ ਪਰ ਉਹਦੇ ਤਾਂ ਉਲਟਾ ਹੈ। ਨਹੀਂ, ਸਰਕਾਰ ਨੇ ਹਦਾਇਤਾਂ ਜਾਰੀ ਕੀਤੀਆਂ ਕਿ ਚਿਕਨ ਕਰਕੇ ਕਰੋਨਾ ਨਹੀਂ ਹੁੰਦਾ। ਦੇਖੋ, ਇੱਕ ਕੇਰਲਾ ਦੇ ਵਿੱਚ ਲੇਟੈਸਟ ਕੱਲ੍ਹ ਦੀ ਨਿਊਜ਼ ਹੈਗੀ ਹੈ, ਕੇਰਲਾ ਦੇ ਵਿੱਚ ਇੱਕ ਬੰਦੇ ਨੇ ਚਿਕਨ ਬਿਰਿਆਨੀ ਖਾ ਕੇ ਉਹਦਾ ਜਿਹੜਾ ਕਲੀਅਰ ਹੋਇਆ, ਆਪਣਾ ਵਾਇਰਸ ਕਲੀਅਰ ਹੋਇਆ ਡਿਊਰਿੰਗ ਉਹਦੀ ਟ੍ਰੀਟਮੈਂਟ। ਇਹਨੂੰ ਚਿਕਨ ਬਿਰਿਆਨੀ ਦਿੱਤੀ ਗਈ ਔਰ ਉਹਨੇ ਚਿਕਨ ਬਿਰਿਆਨੀ ਖਾਧੀ ਅਤੇ ਉਹਦਾ ਵਾਇਰਸ ਕਲੀਅਰ ਹੋ ਗਿਆ, ਹੀ ਇਜ਼ ਟੋਟਲੀ ਵਾਇਰਸ ਫਰੀ ਨਾਓ। ਦੂਜੇ ਪਾਸੇ ਲੁਧਿਆਣਾ ਵਿੱਚ ਸਿਹਤ ਵਿਭਾਗ ਦੇ ਵੱਲੋਂ ਕੁਝ ਲੋਕਾਂ ਨੂੰ ਲੱਭਣ ਲਈ ਪੁਲਿਸ ਤੋਂ ਮਦਦ ਮੰਗੀ ਗਈ ਸੀ। ਇਹਨਾਂ 7 ਲੋਕਾਂ ਨੂੰ ਲੱਭ ਲਿਆ ਗਿਆ ਹੈ, ਜਿਨ੍ਹਾਂ ਵਿੱਚੋਂ ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ 6 ਦੇ ਸੈਂਪਲ ਲਏ ਗਏ, ਜਿਨ੍ਹਾਂ ਦੇ ਸੈਂਪਲ ਅੱਜ ਭੇਜੇ ਜਾਣਗੇ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਆਈਸੋਲੇਸ਼ਨ ਦਾ ਪ੍ਰਬੰਧ ਕੀਤਾ ਗਿਆ ਹੈ। ਅਰੇਂਜਮੈਂਟ ਸਾਰਾ ਵਧੀਆ ਹੈ ਜੀ, ਆਈਸੋਲੇਟਡ ਰੂਮ ਹੈ ਆਪਣੇ ਕੋਲੇ ਅਤੇ ਸਾਰੀਆਂ ਫੈਸਿਲਿਟੀਜ਼ ਆਪਾਂ ਪੇਸ਼ੈਂਟਸ ਨੂੰ ਦੇ ਰਹੇ ਹਾਂ। ਕੋਈ ਵੀ ਇੱਦਾਂ ਦੀ ਡਰਨ ਵਾਲੀ ਕੋਈ ਗੱਲ ਨਹੀਂ ਹੈਗੀ, ਆਪਾਂ ਆਪਣੀ ਸੇਫਟੀ ਅਤੇ ਪੇਸ਼ੈਂਟ ਦੀ ਸੇਫਟੀ ਨੂੰ ਦੇਖ ਕੇ ਹੀ ਸਭ ਕੁਝ ਕਰ ਰਹੇ। ਕੋਰੋਨਾ ਵਾਇਰਸ ਨੂੰ ਲੈ ਕੇ ਲੁਧਿਆਣਾ ਪ੍ਰਸ਼ਾਸਨ ਦੇ ਵੱਲੋਂ ਮੀਡੀਆ ਬੁਲੇਟਿਨ ਵੀ ਜਾਰੀ ਕੀਤਾ ਗਿਆ। ਇਸ ਦੇ ਮੁਤਾਬਕ ਲੁਧਿਆਣਾ ਵਿੱਚ ਕੋਰੋਨਾ ਵਾਇਰਸ ਦਾ ਕੋਈ ਕੇਸ ਨਹੀਂ ਹੈ। ਇੱਥੇ ਵਿਦੇਸ਼ ਤੋਂ ਆਉਣ ਵਾਲੇ ਲੋਕਾਂ ਨੂੰ ਲਗਾਤਾਰ ਟਰੇਸ ਕੀਤਾ ਜਾ ਰਿਹਾ ਹੈ। ਉੱਥੇ ਹੀ ਸਾਹਨੇਵਾਲ ਏਅਰਪੋਰਟ 'ਤੇ ਵੀ 147 ਲੋਕਾਂ ਦੀ ਜਾਂਚ ਕੀਤੀ ਗਈ ਅਤੇ ਕੋਰੋਨਾ ਵਾਇਰਸ ਦਾ ਕੋਈ ਵੀ ਲੱਛਣ ਨਹੀਂ ਮਿਲਿਆ। ਲੁਧਿਆਣਾ ਤੋਂ ਕੁਲਵੀਰ ਰਾਹੀ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ TV NRI।